ਤੁਸੀਂ ਦੇਖ ਰਹੇ ਹੋ ਦੇਸ਼ ਪ੍ਰਦੇਸ਼ ਟੀਵੀ ਤੇ ਮੈਂ ਰਾਸਿਬ ਕੌਰ। ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਦੇ ਸਾਹਮਣੇ ਬੇਰੋਜ਼ਗਾਰਾਂ ਦੇ ਰੋਸ ਪ੍ਰਦਰਸ਼ਨਾਂ ਨੇ ਜ਼ਮੀਨੀ ਹਕੀਕਤ ਦਾ ਅਸਲ ਸ਼ੀਸ਼ਾ ਲਿਆ ਕੇ ਖੜਾ ਕਰ ਦਿੱਤਾ ਹੈ। ਚੰਡੀਗੜ੍ਹ ਦੇ ਵਿੱਚ ਹੁਣ ਪੈਰਾ ਪਲੇਅਰਸ ਵੱਲੋਂ ਸੀਐਮ ਕੋਠੀ ਦੇ ਸਾਹਮਣੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਨੌਕਰੀਆਂ ਦੀ। ਦੱਸਦੀ ਕਿ ਸਰੀਰ ਤੋਂ ਅਪਾਹਜ ਦੇ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੇ ਸਨਮਾਨ ਹਾਸਲ ਕਰ ਚੁੱਕੇ ਨੇ, ਪਰ ਅੱਜ ਇਹਨਾਂ ਸਨਮਾਨਾਂ ਨੂੰ ਵਾਪਸ ਕਰਨ ਪਹੁੰਚੇ ਹੋਏ ਨੇ। ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਥੇਰ ਅਤੇ ਹੋਰਨਾ ਆਗੂ ਵੀ ਮੌਜੂਦ ਨੇ ਤੇ ਉਹਨਾਂ ਦੁਆਰਾ ਇਹਨਾਂ ਪੈਰਾਥਲੀਟਾਂ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਸਾਥ ਵੀ ਦਿੱਤਾ ਜਾ ਰਿਹਾ। ਦੋਸ਼ ਲਗਾਤਾਰ ਚੰਡੀਗੜ੍ਹ ਪੁਲਿਸ ਦੇ ਉੱਪਰ ਇਹਨਾਂ ਪੈਰਾਥਲੀਟਾਂ ਦੁਆਰਾ ਲਗਾਏ ਜਾ ਰਹੇ ਨੇ ਕਿ ਜਿਸ ਢੰਗ ਦੇ ਨਾਲ ਉਹਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ, ਜਿਸ ਤਰ੍ਹਾਂ ਉਹਨਾਂ ਨੂੰ ਚੁੱਕ ਕੇ ਗੱਡੀਆਂ ਦੇ ਵਿੱਚ ਲਿਜਾਇਆ ਜਾ ਰਿਹਾ, ਉਹਨਾਂ ਦੇ ਨਾਲ ਸਰਾਸਰ ਧੱਕੇਸ਼ਾਹੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੈਰਾਥਲੀਟਾਂ ਦੁਆਰਾ ਸੀਐਮ ਕੋਠੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਪੁਲਿਸ ਦੁਆਰਾ ਉਹਨਾਂ ਨੂੰ ਹਟਾਉਣ ਦੇ ਯਤਨ ਲਗਾਤਾਰ ਕੀਤੇ ਜਾ ਰਹੇ ਨੇ। ਵੀਲਚੇਅਰਸ ਦੇ ਉੱਪਰ ਸੀਐਮ ਹਾਊਸ ਦੇ ਸਾਹਮਣੇ ਪਹੁੰਚੇ ਇਹਨਾਂ ਖਿਡਾਰੀਆਂ ਦੇ ਹੱਥਾਂ ਦੇ ਵਿੱਚ ਆਪਣੇ ਸਨਮਾਨ ਚੁੱਕੇ ਹੋਏ ਨੇ ਅਤੇ ਉਹਨਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਕੈਪਟਨ ਸਰਕਾਰ ਉਹਨਾਂ ਨੂੰ ਬਣਦੀਆਂ ਨੌਕਰੀਆਂ ਦੇਵੇ। ਪ੍ਰਦਰਸ਼ਨ ਦੇ ਵਿੱਚ ਸ਼ਾਮਲ ਵੀਨਾ ਅਰੋੜਾ ਤਾਇਕਵਾਂਡੂ ਅਤੇ ਡਿਸਕਸ ਥਰੋ ਦੇ ਵਿੱਚ ਪੁਰਸਕਾਰ ਜੇਤੂ ਹੈ। ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਵੀ ਉਸਨੂੰ ਦਿੱਤਾ ਗਿਆ ਸੀ। ਆਖਣਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਸੂਬੇ ਦਾ ਨਾਮ ਉੱਚਾ ਕਰਨ ਵਾਲੇ ਖਿਡਾਰੀ ਨੂੰ ਸਰਕਾਰੀ ਨੌਕਰੀਆਂ ਵੀ ਨਹੀਂ ਦੇ ਸਕੀ। ਦੱਸਦੀ ਕਿ ਇਹਨਾਂ ਪੈਰਾਥਲੀਟਾਂ ਦੁਆਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਜਾ ਰਹੀ ਹੈ ਅਤੇ ਮੰਗ ਰੱਖੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਆਪਣੀ ਖੇਡ ਨੀਤੀ ਦੇ ਵਿੱਚ ਬਦਲਾਅ ਕਰੇ ਅਤੇ ਸੂਬੇ ਦਾ ਨਾਮ ਰੋਸ਼ਨ ਕਰਨ ਵਾਲੇ ਹਰ ਖਿਡਾਰੀ ਨੂੰ ਬਰਾਬਰ ਸਨਮਾਨ ਦਿੱਤਾ ਜਾਵੇ। ਇਹ ਸਾਨੂੰ ਕੋਟਲਾਂ ਨੇ ਮਾਰ ਲੈਣਾ, ਅਸੀਂ ਪਿੱਛੇ ਨਹੀਂ ਮੁੜਨ ਵਾਲੇ ਹੈਗੇ। ਅਸੀਂ ਘਰੇ ਕਹਿ ਕੇ ਆਏ ਹਾਂ ਵੀ ਸਾਡਾ ਵਾਪਸ ਆਉਣ ਦਾ ਇੰਤਜ਼ਾਰ ਨਾ ਕਰਿਓ, ਅਸੀਂ ਤਾਂ ਜਾਂ ਕਰਾਂਗੇ ਕੁਛ ਜਾਂ ਮਰਾਂਗੇ। ਇਸ ਤਾਂ ਮੇਰਾ ਮੈਡਲ ਟੁੱਟ ਗਿਆ ਜੀ, ਇੱਥੇ ਧੱਕਾ ਹੋਇਆ ਸਾਡੇ ਨਾਲ, ਥੱਲੇ ਸੱਟਾ, ਮੈਡਲ ਟੁੱਟ ਗਿਆ ਜੀ, ਸਾਰੇ ਟੁੱਟ ਗਿਆ, ਨੈਸ਼ਨਲ ਦੇ ਮੈਡਲ ਹੈ, ਸਾਰੇ ਟੁੱਟ ਗਏ, ਆਹ ਤਾਂ ਦੋ ਫਾੜੀ ਹੋ ਗਿਆ ਜੀ ਇਹਦੇ ਨਾਲ। ਹਮ ਆਪੇ ਕੀ ਬਹਿਨੇ ਹੈ, हमारी आप ही की फैमिली मेंबर है, आज आपको नौकरी मिल गई है तो आप आज हम पे हाथ उठा रहे हैं। कहीं आप ही हमारी तरह सड़कों पे धक्के खा रही होती ना, फिर आपकी बातें कुछ अलग होती। आज आप सरकारी नौकरी पे हैं इसलिए आपके मुंह में जुबान है, हमारे पास सरकारी नौकरी नहीं है, हमने देश का नाम रोशन किया है। मारिए, डंडों से मारिए, कैसे भी मारिए, क्योंकि आपके पास पावर है। ਤਸਵੀਰਾਂ ਦੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਵਾਲਾ ਸਨਮਾਨ ਚੁੱਕੀ ਪੈਰਾਥਲੀਟ ਦੁਆਰਾ ਕੈਪਟਨ ਸਰਕਾਰ ਤੋਂ ਬਣਦੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਖਿੱਚ ਧੂ ਦੇ ਵਿੱਚ ਕੁਝ ਖਿਡਾਰੀਆਂ ਦੇ ਸੱਟਾਂ ਵੀ ਲੱਗੀਆਂ ਨੇ ਅਤੇ ਇਸ ਤੋਂ ਇਲਾਵਾ ਉਹਨਾਂ ਦੇ ਸਨਮਾਨ ਵੀ ਟੁੱਟੇ ਹੋਏ ਦਿਖਾਈ ਦੇ ਰਹੇ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਮੀਥੇਰ ਦੁਆਰਾ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ 'ਤੇ ਤਿੱਖੇ ਵਾਰ ਕੀਤੇ ਜਾ ਰਹੇ ਨੇ। ਪੁਲਿਸ ਦੁਆਰਾ ਲਗਾਤਾਰ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਰੀਰਕ ਤੌਰ 'ਤੇ ਅਪਾਹਜ ਖਿਡਾਰੀ ਆਪਣੇ ਨੌਕਰੀਆਂ ਦੇ ਲਈ ਸੀਐਮ ਹਾਊਸ ਦੇ ਬਾਹਰ ਆਪਣੇ ਮੈਡਲ ਲੈ ਕੇ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਸਮੇਤ ਮਿਹਨਤਾਂ ਦੇ ਪੈਂਦੇ ਮੁੱਲ ਵੀ ਜੱਗ ਜ਼ਾਹਰ ਕਰ ਰਹੀਆਂ ਨੇ। ਦੱਸੀਏ ਕਿ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰਨਾਂ ਮੈਂਬਰਾਂ ਸਮੇਤ ਖਿਡਾਰੀਆਂ ਨੂੰ ਵੀ ਸੀਐਮ ਹਾਊਸ ਦੇ ਸਾਹਮਣੇ ਤੋਂ ਹਟਾਇਆ ਜਾ ਚੁੱਕਾ ਹੈ। ਬਾਈ ਜੀ, ਸਾਰੇ 12 ਬੰਦੇ ਆ ਉਹ ਜਿਹੜੇ ਹੈਂਡੀਕੈਪ ਨੇ, ਹੈਂਡੀਕੈਪ ਹੀ ਉਹ ਜਿਹੜੇ ਦੇਸ਼ ਦੇ ਲਈ ਮੈਡਲ ਲੈ ਕੇ ਆਏ ਆ। ਦੇਸ਼ ਦੇ ਲਈ ਮੈਡਲ ਲਿਆਂਦਾ ਹੋਵੇ, ਪੰਜ ਪੰਜ ਮੈਡਲ ਹੋਣ, ਨੈਸ਼ਨਲ ਅਵਾਰਡੀ ਹੋਣ ਅਤੇ ਆਪਦਾ ਹੱਕ ਲੈਣ ਦੇ ਲਈ ਆਉਣ, ਕੋਈ ਵੱਡੀ ਗਿਣਤੀ ਨਹੀਂ, ਅਤੇ ਸਰਕਾਰ ਉਹਨਾਂ ਨੂੰ ਘੁੜੀਸੇ ਕੁੱਟੇ ਯਾਰ, ਉਹਨਾਂ ਦੇ ਮੈਡਲ ਤੋੜਤੇ, ਟਰਾਫੀਆਂ ਤੋੜਤੀ ਉਹਨਾਂ ਦੀਆਂ, ਸ਼ਰਮ ਹੋਣੀ ਚਾਹੀਦੀ ਹੈ। ਪੈਰਾ ਪਲੇਅਰਸ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਵੀ ਜਿੱਤਾਂ ਹਾਸਲ ਕਰ ਚੁੱਕੇ ਨੇ, ਪਰ ਪੰਜਾਬ ਸਰਕਾਰ ਦੁਆਰਾ ਫਿਰ ਵੀ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਅਤੇ ਉਹ ਆਪਣਾ ਸੰਘਰਸ਼ ਹੁਣ ਇਸੇ ਤਰ੍ਹਾਂ ਜਾਰੀ ਰੱਖਣਗੇ, ਭਾਵੇਂ ਕਿ ਅੱਜ ਉਹਨਾਂ ਨੂੰ ਇਸ ਜਗ੍ਹਾ ਤੋਂ ਹਟਾਇਆ ਜਾ ਰਿਹਾ, ਪਰ ਜਦ ਤੱਕ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ, ਉਹ ਆਪਣੇ ਘਰ ਵਾਪਸ ਨਹੀਂ ਜਾਣਗੇ। ਹਾਂਜੀ, ਹਮੇ ਅਰੈਸਟ ਕਰ ਲਿਆ ਗਿਆ ਹੈ, ਧਰਨਾ ਜੋ ਪੁਲਿਸ ਵਾਲੋ ਨੇ ਧੱਕਾ ਕੀਆ ਹਮਾਰੇ ਸਾਥ, ਔਰ ਹਮੇ ਅਰੈਸਟ ਕਰਕੇ ਅਬ ਪਤਾ ਨਹੀਂ ਕਹਾਂ ਲੈ ਕੇ ਜਾਏਂਗੇ, ਲੇਕਿਨ ਹਮੇ ਕੋਈ ਪਰਵਾਹ ਨਹੀਂ, ਹਮ ਕਿਸੀ ਸੇ ਡਰਤੇ ਨਹੀਂ ਹੈ, ਹਮ ਅਗਰ ਦੇਸ਼ ਕੇ ਲੀਏ ਮੈਡਲ ਜੀਤ ਸਕਤੇ ਹਾਂ, ਕਿਸੀ ਦੇਸ਼ ਸੇ ਦੂਸਰੋ ਲੋਕਾਂ ਸੇ ਮੈਡਲ ਛੀਨ ਕਰ ਹਮਾਰੇ ਦੇਸ਼ ਕੇ ਲੀਏ ਲਿਆ ਸਕਤੇ ਹਾਂ ਜੀਤ ਕਰ,
तो हमें इनका भी सामना करने की औकात रखते हैं। हम मांग हमारी, हमें हमारा सरकारी नौकरी दी जाए, बनता हक हमें मिले, और नहीं तो हमारा मेडल और सर्टिफिकेट जो हमारे पास स्टेट अवार्ड हो वापस रख ले। मेरी ग्रेजुएशन है सर, मैं पढ़ा लिखा हूँ, तो मेडल भी मेरे पास इंटरनेशनल है, वर्ल्ड का है, स्टेट अवार्ड है, सभी प्राप्तियाँ की रखी हैं, और हरियाणा और राजस्थान में नेशनल प्लेयर पर नौकरी दी जा रही है, तो हमारे तो इंटरनेशनल मेडलिस्ट को नौकरी नहीं दे रही। अगे साडा प्रोटेस्ट जारी रहेगा, ये चाहे सानू एक बार जिथे मर्जी लै जाए, असं फिर इतने वापस आवेंगे, असं घर नहीं जाना उन्ना चर जिन्ना चर साडा सानू हक नहीं दिता जाता। Thank you.